ਅੱਜਕੱਲ ਦਿਨੋ ਦਿਨ ਵੱਧਦੀ ਜਾ ਰਹੀ ਮਹਿੰਗਾਈ ਦੇ ਚਲਦਿਆਂ ਹਰ ਕੋਈ ਇਨਸਾਨ ਆਪਣੇ ਲਈ ਚੰਗੀ ਨੌਕਰੀ ਦੀ ਤਲਾਸ਼ ਵਿੱਚ ਲੱਗਾ ਰਹਿੰਦਾ ਹੈ। ਫਿਰ ਚਾਹੇ ਨੌਕਰੀ ਸਰਕਾਰੀ ਮਹਿਕਮੇ ਦੀ ਹੋਵੇ ਜਾਂ ਫਿਰ ਕਿਸੇ ਚੰਗੇ ਮਲਟੀਨੈਸ਼ਨਲ ਕੰਪਨੀ ਵਿੱਚ ਨੌਕਰੀ ਹੋਵੇ। ਅੱਜ ਦੇ ਮਹਿੰਗਾਈ ਵਾਲੇ ਦੌਰ ਵਿੱਚ ਹਰ ਇੱਕ ਇਨਸਾਨ ਨੌਕਰੀ ਨੂੰ ਲੈ ਕੇ ਪਰੇਸ਼ਾਨ ਵਿਖਾਈ ਦਿੰਦਾ ਹੈ, ਜਿਨ੍ਹਾਂ ਦੀ ਪਰੇਸ਼ਾਨੀ ਦਾ ਫਾਇਦਾ ਕੁਝ ਸ਼ਾਤਰ ਦਿਮਾਗ ਕਿਸਮ ਦੇ ਠੱਗ ਬੜੀ ਆਸਾਨੀ ਨਾਲ ਚੁੱਕ ਲੈਂਦੇ ਹਨ। ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ ਫਿਰੋਜ਼ਪੁਰ 'ਚ, ਜਿੱਥੇ ਇੱਕ ਪ੍ਰੈਸ ਕਾਨਫਰੰਸ ਰਾਹੀਂ ਕਾਊਂਟਰ ਇੰਟੈਲੀਜੈਂਸ ਦੇ AIG ਨਰਿੰਦਰਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਥਾਣਾ ਕੈਂਟ ਵਿੱਚ ਇੱਕ ਮੁਕੱਦਮਾ ਦਰਜ ਕੀਤਾ ਗਿਆ ਸੀ, ਜਿਸ ਵਿੱਚ ਪੁਲਿਸ ਵੱਲੋਂ ਇੱਕ ਬਲਵੀਰ ਸਿੰਘ ਨਾਮ ਦੇ ਸ਼ਾਤਰ ਦਿਮਾਗ ਕਿਸਮ ਦੇ ਠੱਗ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਨੇ ਇੱਕ ਸਮੱਗਲਰ ਨੂੰ NDPS ਐਕਟ ਦੇ ਮੁਕੱਦਮੇ ਵਿੱਚੋਂ ਕਢਵਾਉਣ ਲਈ ਪੁਲਿਸ ਦੇ ਨਾਂ 'ਤੇ 2 ਲੱਖ ਰੁਪਏ ਲਏ ਸੀ। ਉਹਨਾਂ ਦੱਸਿਆ ਕਿ ਤਫਤੀਸ਼ ਦੌਰਾਨ ਸਾਹਮਣੇ ਆਇਆ ਕਿ ਬਲਵੀਰ ਸਿੰਘ ਨੇ ਇਹ 2 ਲੱਖ ਰੁਪਏ ਗੁਰਪ੍ਰੀਤ ਸਿੰਘ ਉਰਫ ਗੋਪੀ, ਜੋ ਕਿ ਪਿੰਡ ਹਵੇਲੀ ਥਾਣਾ ਮਾਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਦੇਣੇ ਸਨ। ਉਹਨਾਂ ਦੱਸਿਆ ਕਿ ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਦੀ ਪੁਲਿਸ ਪਾਰਟੀ ਨੂੰ ਇੱਕ ਖੁਫੀਆ ਇਤਲਾਹ ਮਿਲੀ ਸੀ, ਜਿਸ ਦੇ ਆਧਾਰ 'ਤੇ ਗੁਰਪ੍ਰੀਤ ਗੋਪੀ ਨੂੰ ਲੁਧਿਆਣਾ ਤੋਂ ਸਮੇਤ ਇੱਕ ਕਾਰ ਗ੍ਰਿਫਤਾਰ ਕੀਤਾ, ਜਿਸ ਵਿੱਚੋਂ ਕਈ ਜਾਲੀ ਦਸਤਾਵੇਜ਼ ਮਿਲੇ ਹਨ। ਉਹਨਾਂ ਦੱਸਿਆ ਕਿ ਹੁਣ ਤੱਕ ਇਹ ਠੱਗ 14 ਭੋਲੇ ਭਾਲੇ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾ ਚੁੱਕਿਆ ਹੈ। ਸਰ, ਜਤਨ ਦੇਵ ਨੇ ਕਰਾਇਆ ਜੀ? ਹਾਂਜੀ, ਜਤਨ ਦੇਵ ਨਾਂ ਦਾ ਜੱਸੀ, ਜਤਨ ਦੇਵ ਜੱਸੀ ਜੀ, ਉਹਨੇ ਕਰਾਇਆ ਸਰ ਸਾਰਾ ਕੁਝ। ਉਹ ਕਹਿੰਦਾ ਮੇਰੀ ਪਹੁੰਚ ਉੱਪਰ ਤੱਕ ਹੈ ਜੀ, ਹਰ ਪਾਸੇ ਕਹਿੰਦਾ ਮੈਂ ਕੰਮ ਕਰਾ ਦਿੰਦਾ ਜੀ। ਕਿੰਨੇ ਕੁ ਕੰਮ ਕਰਾਏ ਤੁਸੀਂ? ਕੋਈ ਸਰ, ਉਹਨੇ ਕੰਮ ਨਹੀਂ ਕਰਾਇਆ, ਮੈਨੂੰ ਵੀ ਆਈ ਕਾਰਡ ਬਣਾ ਕੇ ਦੇ, ਜਾਲੀ ਆਈ ਕਾਰਡ ਬਣਾ ਕੇ ਸਾਨੂੰ ਦਿੱਤੇ ਜੀ। ਪੈਸੇ ਮੇਰੇ ਸਾਰੇ ਮੇਰੇ ਦੋਸਤ ਆਪਣੇ ਆ ਜੀ, ਜਿਹਨਾਂ ਕੋਲੋਂ ਮੈਂ ਪੈਸੇ ਦਵਾਏ ਜੀ। ਕਿਹੜਾ ਕਿਰਪਾਲ ਦਾ ਵੀ ਦਿੱਤਾ ਸਾਨੂੰ? ਸਰ ਆਈ ਕਾਰਡ ਸਾਰੇ ਬਣਾ ਕੇ ਦਿੱਤੇ ਜੀ ਉਹਨੇ। ਕਿਹੜੇ ਕਿਹੜੇ? ਕਿਸੇ ਇਨਕਮ ਟੈਕਸ ਦਾ ਬਣਾ ਕੇ ਤਾਂ, ਕਿਸੇ ਨੂੰ ਪੁਲਿਸ ਡਿਪਾਰਟਮੈਂਟ ਦਾ ਬਣਾ ਕੇ ਦਿੱਤਾ ਜੀ। ਲੋਕਾਂ ਨੂੰ ਸਰ ਬੰਦੇ ਮੇਰੇ ਆਪਣੇ ਜਾਮ ਸ਼ਾਨ ਸੀਗੇ ਜੀ, ਕਹਿੰਦਾ ਮੈਂ ਕੰਮ ਤੁਹਾਡਾ ਕਰਾ ਦਾਂਗਾ ਬੱਚਿਆਂ ਦਾ, ਮੈਂ ਉਹਨੂੰ ਬੁਲਾ ਦਿੱਤਾ ਜੀ, ਉਹਨੇ ਕੰਮ ਨਹੀਂ ਕਰਾਇਆ, ਸਾਡੇ ਪੈਸੇ ਖਾ ਲਏ ਜੀ। ਅਤੇ ਤੁਸੀਂ ਤਾਂ ਵਿੱਚ ਨਾਲ ਹੀ ਸੀ? ਮੈਂ ਸਰ ਬੰਦੇ ਹੀ ਮੇਰੇ ਆਪਣੇ ਸੀਗੇ ਜੀ, ਮੈਂ ਆਪੇ ਨਾਲ ਸੀ। ਤੂੰ ਵੀ ਬੱਚੇ ਸੀ ਨਾ? ਮੈਂ ਮੇਰੇ ਬੰਦੇ ਹੀ ਮੇਰੇ ਸੀ ਸਰ। ਓਕੇ, ਇਹ ਅਸੀਂ ਇੱਥੇ ਇੱਕ ਮੁਕੱਦਮਾ ਦਰਜ ਕੀਤਾ ਸੀ ਜੀ, 2 ਲੱਖ ਰੁਪਈਆ ਕਿ ਸਮੱਗਲਰਾਂ ਤੋਂ ਲੈਂਦੇ ਸੀ ਵੀ ਮੇਰਾ ਨਾਂ ਕਢਾ ਦਿਓ। ਉਹਦੇ 'ਤੇ ਅਸੀਂ ਰਿਕਵਰੀ 2 ਲੱਖ ਰੁਪਈਆ ਕਰਕੇ ਉਹ 'ਚ ਬਲਵੀਰ ਸਿੰਘ ਨਾਂ ਦਾ ਇੱਕ ਬੰਦਾ ਗ੍ਰਿਫਤਾਰ ਕੀਤਾ ਸੀ। ਉਹਦੇ 'ਚ ਅਸੀਂ ਉਹਦੀ ਫਿਰ ਅੱਗੇ ਜਿਹੜੀ ਇਨਵੈਸਟੀਗੇਸ਼ਨ ਚੱਲੀ, ਉਹਦੇ 'ਚ ਅਸੀਂ ਪਿੰਦਰ ਸੋਧੀ ਨਾਂ ਦਾ ਬੰਦਾ ਹੈ ਜੀ, ਇੱਕ ਕ੍ਰਿਸਚਨ ਹੈ ਮਹਿਲਪੁਰ ਦਾ ਰਹਿਣ ਵਾਲਾ, ਇਹਨੂੰ ਅਸੀਂ 20 ਤਰੀਕ ਨੂੰ 20/8 ਨੂੰ ਲੁਧਿਆਣੇ ਤੋਂ ਅਰੈਸਟ ਕੀਤਾ। ਇਹ ਜਿਹੜਾ ਬੰਦਾ ਹੈਗਾ ਜੀ, ਪਹਿਲਾਂ ਜਿਹੜਾ ਅਸੀਂ 2 ਲੱਖ ਦਾ ਪਰਚਾ ਦਿੱਤਾ ਸੀਗਾ, ਉਹਦੇ 'ਚ ਵੀ ਉਹਨੇ ਮਤਲਬ ਪੁੱਛਗਿੱਛ 'ਤੇ ਦੱਸਿਆ ਸੀਗਾ ਵੀ ਇਹਦੇ 'ਚ ਇੱਕ ਬੰਦਾ ਮੇਨ ਹੈਗਾ ਜਿਹਨੇ ਮਤਲਬ ਅੱਗੇ ਪੈਸੇ ਮੇਰੇ ਬੱਚੋਂ ਇਹਦੇ 'ਚੋਂ ਲਏ ਸੀਗੇ ਅੱਗੇ। ਉਸ ਦੀ ਤਫਤੀਸ਼ 'ਤੇ ਫਿਰ ਅਸੀਂ ਇਹਨੂੰ ਗ੍ਰਿਫਤਾਰ ਕੀਤਾ। ਜਦੋਂ ਅਸੀਂ 20 ਤਰੀਕ ਨੂੰ ਇਹਨੂੰ ਫੜਿਆ ਇਹਦੀ ਕਾਰ ਦੇ ਵਿੱਚੋਂ, ਸਾਨੂੰ ਬਹੁਤ ਸਾਰੇ ਸਬ ਇੰਸਪੈਕਟਰ ਪੁਲਿਸ, ਪੰਜਾਬ ਪੁਲਿਸ 'ਚ ਇਨਕਮ ਟੈਕਸ ਇੰਸਪੈਕਟਰ, ਕਾਂਸਟੇਬਲ ਹੈ ਜੀ, ਕਲਰਕ, ਕਈ ਪੋਸਟਾਂ ਦੇ ਸਾਨੂੰ ਉੱਥੋਂ ਉਹਨਾਂ ਦੇ ਆਇਡੈਂਟੀ ਕਾਰਡ, ਉਹਨਾਂ ਦੇ ਨਿਯੁਕਤੀ ਪੱਤਰ, ਆਇਡੈਂਟੀ ਕਾਰਡ, ਇੱਦਾਂ ਦਾ ਸਾਨੂੰ ਮਟੀਰੀਅਲ ਮਿਲਿਆ ਜਿਨ੍ਹਾਂ ਦੇ ਉਹਨਾਂ ਦੇ ਫੋਨ ਨੰਬਰ ਲਿਖੇ ਸੀ ਬੰਦਿਆਂ ਦੇ। ਅਸੀਂ ਉਹਨਾਂ ਨੂੰ ਸਾਰਿਆਂ ਨੂੰ ਫੋਨ ਕਰਕੇ ਫਿਰ ਬੰਦਿਆਂ ਨਾਲ ਕੰਟੈਕਟ ਕੀਤਾ। ਉਹ ਜਿਹੜੇ ਬੰਦੇ ਨੇ ਪੰਜਾਬ 'ਚੋਂ ਵੱਖ ਵੱਖ ਜ਼ਿਲ੍ਹਿਆਂ ਦੇ ਆ, ਸਾਰੇ ਲੁਧਿਆਣੇ ਦੇ ਨੇ ਕਾਫੀ, ਲੁਧਿਆਣਾ, ਮਾਨਸਾ, ਇੱਧਰ ਚੰਡੀਗੜ੍ਹ, ਸੋਰੀ ਆਪਣੇ ਫਿਰੋਜ਼ਪੁਰ, ਫਾਜ਼ਿਲਕਾ, ਮੋਹਾਲੀ, ਵੱਖਰੇ ਵੱਖਰੇ ਜ਼ਿਲ੍ਹਿਆਂ ਦੇ ਨੇ। ਅਤੇ ਮੇਰਾ ਖਿਆਲ ਹੈ ਵੀ ਕੋਈ 3-3.5 ਕਰੋੜ ਰੁਪਈਆ ਉਹਨਾਂ ਤੋਂ ਇਹ ਸਾਰਿਆਂ ਤੋਂ ਲੈ ਗਿਆ। 25-25-30-30 ਲੱਖ ਰੁਪਈਆ ਇਹਨੇ ਲਿਆ ਇੰਸਪੈਕਟਰ ਭਰਤੀ ਕਰਾਉਣ ਵਾਸਤੇ, ਫੇਕ ਸਾਰੇ ਬਣਾਏ ਡਾਕੂਮੈਂਟ, ਸਾਰਾ ਟੋਟਲੀ ਸਾਰਾ ਕੰਮ ਫੇਕ ਹੈਗਾ। ਇਹਦੇ ਤਰੀਕਾ ਵਾਰਦਾ ਤਾਂ ਇਹ ਹੈ ਵੀ ਇਹ ਦਫ਼ਤਰਾਂ ਚੱਲ ਜਾਂਦਾ, ਜਿੱਦਾਂ ਚੰਡੀਗੜ੍ਹ ਇਨਕਮ ਟੈਕਸ ਆਫਿਸ ਹੈ, ਜਦੋਂ ਉੱਥੇ ਕੋਈ ਅਪੁਆਇੰਟਮੈਂਟ ਵਾਸਤੇ ਕੋਈ ਪੋਸਟਾਂ ਨਿਕਲਦੀਆਂ, ਉੱਥੇ ਜਾ ਕੇ ਉੱਥੇ ਇਹਨੇ ਆਪਦੇ ਫਿਰ ਉਹਨਾਂ ਨੂੰ ਬੰਦਿਆਂ ਨੂੰ ਸੈੱਟ ਕਰ ਲੈਂਦਾ ਵੀ ਤੁਸੀਂ ਮੇਰੇ ਕੋਲ ਆਓ, 5-star ਹੋਟਲਾਂ 'ਚ ਠਹਿਰ ਕੇ ਉਹਨਾਂ ਨੂੰ ਫਿਰ ਕਰਕੇ ਇਹਨੇ ਪੈਸੇ ਆ ਜਿਹੜੇ ਇਹਨੇ ਇਨਵੈਸਟਮੈਂਟ ਕੀਤੀ ਆ, ਕੋਈ ਇਹਨੇ ਪੈਸੇ 2 ਕੋਠੀਆਂ ਪਾਈਆਂ, ਇੱਕ ਤਾਂ ਬਿਲਕੁਲ ਨਵੀਂ ਪਾਈ ਆ, 1 ਕਰੋੜ ਰੁਪਈਆ ਲਾਇਆ ਉਹਦੇ 'ਤੇ, ਅਤੇ ਇੱਕ ਪੁਰਾਣੀ ਕੋਠੀ ਲਈ ਆ, ਕੋਈ 40 ਲੱਖ ਰੁਪਈਆ ਇਹਨੇ ਕਿਸੇ ਨੂੰ ਵੈਜੂ ਦਿੱਤਾ ਵੀ ਆ। ਇੱਦਾਂ ਸਾਡੀ ਇੰਟੈਰੋਗੇਸ਼ਨ 'ਤੇ ਇਹ ਕੋਈ 1.5-2 ਕਰੋੜ ਰੁਪਈਆ ਸਾਡੇ ਕੋਲ ਮੰਨ ਗਿਆ ਹੈਗਾ, ਅਤੇ ਬੰਦੇ ਆ ਜਿਹੜੇ ਉਹ ਸਾਡੇ ਕੋਲ ਆ ਰਹੇ ਆ, ਅੱਜ ਵੀ ਸਾਡੇ ਕੋਲ 40 ਲੱਖ ਰੁਪਈਏ ਦੇ ਅੱਜ ਵੀ ਬੰਦੇ ਆਏ ਆ। ਅਤੇ ਮੈਂ ਮਤਲਬ ਇਸੇ ਕਰਕੇ ਅੱਜ ਪ੍ਰੈਸ 'ਚ ਦੱਸ ਰਿਹਾ ਕਿ ਮਤਲਬ ਪ੍ਰੈਸ 'ਚ ਹੋਰ ਵੀ ਜਿਨ੍ਹਾਂ ਨਾਲ ਇਹਨੇ ਪੰਜਾਬ 'ਚ ਠੱਗੀ ਮਾਰੀ ਆ, ਇਹਨੂੰ ਦੇਖ ਕੇ ਫਿਰ ਹੋਰ ਵੀ ਸਾਡੇ ਕੋਲ ਵੱਧ ਤੋਂ ਵੱਧ ਬੰਦੇ ਆਓ। ਨਰਿੰਦਰਪਾਲ ਸਿੰਘ, AIG ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ, ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ।